ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ GK YouTube ਚੈਨਲ। ਦੋਸਤੋ, WhatsApp ਤਾਂ ਤੁਸੀਂ ਸਾਰੇ ਯੂਜ਼ ਕਰਦੇ ਹੀ ਹੋਵੋਗੇ। ਕਦੇ ਤੁਸੀਂ ਇਹ ਸੋਚਿਆ ਕਿ ਜੋ ਤੁਸੀਂ WhatsApp ਰਾਹੀਂ ਡਾਟਾ ਸ਼ੇਅਰ ਕਰ ਰਹੇ ਹੋ, ਕਦੇ ਉਹ ਡਾਟਾ ਲੀਕ ਜਾਂ ਚੋਰੀ ਤਾਂ ਨਹੀਂ ਹੋ ਰਿਹਾ? ਦੋਸਤੋ, ਅਜਿਹੇ ਵਿੱਚ ਸਾਡੇ ਤੋਂ ਕੁਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਸ ਰਾਹੀਂ ਸਾਡਾ ਸਾਰਾ ਡਾਟਾ ਚੋਰੀ ਹੋ ਸਕਦਾ, ਅਗਰ ਤੁਸੀਂ ਇਸ 'ਤੇ ਧਿਆਨ ਨਾ ਦਿੱਤਾ। ਦੋਸਤੋ, 90% ਲੋਕ ਤਾਂ ਅਜਿਹੇ ਹਨ ਜੋ ਇਹਨਾਂ ਗਲਤੀਆਂ ਬਾਰੇ ਜਾਣਦੇ ਹੀ ਨਹੀਂ। ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਹੀ ਦੱਸਾਂਗੇ, ਤੁਸੀਂ ਆਪਣੇ ਡਾਟੇ ਨੂੰ ਚੋਰੀ ਹੋਣ ਤੋਂ ਕਿਵੇਂ ਬਚਾ ਸਕਦੇ ਹੋ। ਚਲੋ ਦੋਸਤੋ, ਦੱਸਦੇ ਹਾਂ ਤੁਹਾਨੂੰ WhatsApp 'ਤੇ ਹੋਣ ਵਾਲੀਆਂ ਗਲਤੀਆਂ ਬਾਰੇ। ਮਿਸਟੇਕ ਨੰਬਰ 1, ਦੋਸਤੋ, ਅਸੀਂ ਆਪਣੇ WhatsApp 'ਤੇ ਅਜਿਹੇ ਲਿੰਕ ਤਾਂ ਦੇਖੇ ਹੋਣਗੇ ਜਿਸ ਵਿੱਚ ਬਹੁਤ ਵੱਡੇ ਵੱਡੇ ਔਫਰਾਂ ਦੀ ਗੱਲ ਕੀਤੀ ਜਾਂਦੀ ਹੈ, ਜਿਵੇਂ ਕਿ 1 ਰੁਪਏ ਵਿੱਚ ਮੋਬਾਈਲ ਲੈਣ ਲਈ ਇਸ ਲਿੰਕ 'ਤੇ ਕਲਿੱਕ ਕਰੋ, 1 ਰੁਪਏ ਵਿੱਚ LED ਲੈਣ ਲਈ ਇਸ ਲਿੰਕ 'ਤੇ ਕਲਿੱਕ ਕਰੋ, ਜਾਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਫ੍ਰੀ ਲੈਪਟਾਪ ਲੈਣ ਲਈ ਇਸ ਲਿੰਕ 'ਤੇ ਕਲਿੱਕ ਕਰੋ, ਇਸ ਮੈਸੇਜ ਨੂੰ 10 ਗਰੁੱਪ ਵਿੱਚ ਸ਼ੇਅਰ ਕਰੋ, ਤੁਹਾਨੂੰ ਮਿਲਣਗੇ 1000 ਰੁਪਏ। ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਮੈਸੇਜ ਤੁਸੀਂ ਆਪਣੇ WhatsApp 'ਤੇ ਦੇਖੇ ਹੋਣਗੇ, ਅਤੇ ਕਦੇ ਨਾ ਕਦੇ ਤੁਸੀਂ ਉਸ ਲਿੰਕ 'ਤੇ ਕਲਿੱਕ ਵੀ ਕੀਤਾ ਹੋਣਾ। ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਲਿਜਾਇਆ ਗਿਆ ਹੋਵੇਗਾ ਕਿਸੇ ਵੈਬਸਾਈਟ 'ਤੇ, ਜਿਸ ਤੋਂ ਬਾਅਦ ਉਸ ਵੈਬਸਾਈਟ ਤੋਂ ਤੁਹਾਨੂੰ ਕੁਝ ਨਾ ਕੁਝ ਜਾਣਕਾਰੀ ਭਰਨ ਲਈ ਵੀ ਕਿਹਾ ਹੋਵੇਗਾ, ਅਤੇ ਕਿਹਾ ਹੋਊਗਾ ਇਸ ਨੂੰ 10 ਜਾਂ 20 ਗਰੁੱਪਾਂ ਵਿੱਚ ਭੇਜੋ, ਅਤੇ ਇਹ ਕਰਨ ਤੋਂ ਬਾਅਦ ਤੁਹਾਨੂੰ ਤੁਹਾਡਾ ਗਿਫਟ ਮਿਲ ਜਾਵੇਗਾ। ਇਸ ਤਰ੍ਹਾਂ ਇਹ ਮੈਸੇਜ ਇਸੇ ਤਰ੍ਹਾਂ ਹੀ ਅੱਗੇ ਦੀ ਅੱਗੇ ਲੋਕਾਂ ਤੱਕ ਸ਼ੇਅਰ ਹੋਈ ਜਾਂਦੇ ਹਨ। ਦੋਸਤੋ, ਇੱਥੇ ਮੈਂ ਤੁਹਾਨੂੰ ਦੱਸ ਦੇਵਾਂ, ਇਹ ਜੋ ਲਿੰਕ ਤੁਹਾਨੂੰ ਭੇਜੇ ਜਾਂਦੇ ਹਨ ਉਸ ਵੈਬਸਾਈਟ ਦਾ ਮਾਲਕ ਵੱਲੋਂ ਭੇਜੇ ਜਾਂਦੇ ਹਨ, ਅਤੇ ਜਿੰਨੇ ਵੀ ਹੀ ਇਸ ਲਿੰਕ 'ਤੇ ਕਲਿੱਕ ਹੁੰਦੇ ਹਨ ਉਸ ਲਿੰਕ ਦਾ ਵੈਬਸਾਈਟ ਦੇ ਮਾਲਕ ਨੂੰ ਪੈਸੇ ਮਿਲਦੇ ਹਨ। ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ, ਇਸ ਤਰ੍ਹਾਂ ਦੇ ਲਿੰਕ ਵਿੱਚ ਦਿੱਤੇ ਹੋਏ ਆਫਰਾਂ ਦੀ ਕੋਈ ਸੱਚਾਈ ਨਹੀਂ ਹੁੰਦੀ, ਸਿਰਫ ਅਤੇ ਸਿਰਫ ਇਹ ਇੱਕ ਫਰੋਡ ਹੈ। ਦੋਸਤੋ, ਇਸ ਤਰ੍ਹਾਂ ਦੇ ਲਿੰਕ ਨੂੰ ਇਗਨੋਰ ਕਰੋ ਅਤੇ ਨਾ ਹੀ ਇਹਨਾਂ 'ਤੇ ਕਲਿੱਕ ਕਰੋ, ਇਸ ਨਾਲ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ। ਮਿਸਟੇਕ ਨੰਬਰ 2, ਦੋਸਤੋ, ਦੂਸਰੀ ਅਤੇ ਬਹੁਤ ਹੀ ਵੱਡੀ ਗਲਤੀ ਹੈ, ਉਹ ਹੈ Facebook ਦੇ ਲਿੰਕ ਨਾਲ ਸੰਬੰਧਿਤ। ਦੋਸਤੋ, ਤੁਸੀਂ ਆਪਣੇ WhatsApp ਨੰਬਰ ਦੇ ਉੱਪਰ ਅਜਿਹੇ SMS ਜ਼ਰੂਰ ਦੇਖੇ ਹੋਣਗੇ ਜਿਸ ਉੱਪਰ 50,000,000 ਰੁਪਏ ਲਾਟਰੀ ਔਫਰ ਆਏ ਹੋਣਗੇ। ਉਸ ਵਿੱਚ ਤੁਹਾਨੂੰ ਕਿਹਾ ਜਾਵੇਗਾ ਕਿ ਇਸ ਲਿੰਕ ਉੱਪਰ ਜਾ ਕੇ ਕਲਿੱਕ ਕਰਨਾ ਹੋਵੇਗਾ, ਜਿਸ ਵਿੱਚ ਤੁਹਾਨੂੰ ਆਪਣੇ Facebook ID ਅਤੇ ਪਾਸਵਰਡ ਨਾਲ ਲੌਗਇਨ ਕਰਨਾ ਹੋਵੇਗਾ। ਦੋਸਤੋ, ਜਦੋਂ ਤੁਸੀਂ ਉਸ ਲਿੰਕ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ Facebook ਦਾ ਲੌਗਇਨ ਪੇਜ ਦਿਖੇਗਾ, ਜੋ ਕਿ Facebook ਦੇ ਅਸਲੀ ਪੇਜ ਨਹੀਂ ਹੋਵੇਗਾ। ਇਹ ਦੇਖਣ ਨੂੰ ਬਿਲਕੁਲ Facebook ਲੌਗਇਨ ਪੇਜ ਵਰਗਾ ਹੀ ਦਿਖੇਗਾ, ਪਰ ਇਹ ਫੇਕ ਹੈ। ਦੋਸਤੋ, ਇਸ ਕੇਸ ਵਿੱਚ ਤੁਹਾਨੂੰ ਲੱਗਦਾ ਹੈ ਕਿ Facebook ਲੌਗਇਨ ਪੇਜ ਹੈ ਅਤੇ ਤੁਸੀਂ ਇਸ ਵਿੱਚ ਆਪਣੀ ID ਅਤੇ ਪਾਸਵਰਡ ਭਰ ਕੇ ਸੇਵ ਕਰ ਦਿੰਦੇ ਹੋ। ਇਸ ਤੋਂ ਬਾਅਦ ਇਹ ਪੇਜ ਖੁੱਲ੍ਹਦਾ ਹੈ ਤਾਂ ਖੁੱਲ੍ਹਦਾ ਤਾਂ ਨਹੀਂ ਅਤੇ ਐਰਰ ਸ਼ੋ ਹੋ ਜਾਂਦਾ ਹੈ। ਦੋਸਤੋ, ਤੁਹਾਨੂੰ ਲੱਗਦਾ ਕਿ ਕੋਈ ਨੈੱਟਵਰਕ ਪ੍ਰੋਬਲਮ ਹੋਵੇਗੀ? ਦੋਸਤੋ, ਤੁਹਾਨੂੰ ਦੱਸ ਦੇਵਾਂ, ਇੱਦਾਂ ਹੁੰਦੇ ਹੀ ਤੁਹਾਡਾ ਸਾਰਾ ਡਾਟਾ ਚੋਰੀ ਹੋ ਚੁੱਕਿਆ ਹੋਵੇਗਾ। ਦੋਸਤੋ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਇਸ ਤਰ੍ਹਾਂ ਦੇ Facebook ਲਿੰਕ 'ਤੇ ਕਲਿੱਕ ਨਾ ਕੀਤਾ ਜਾਵੇ, ਤਾਂ ਜੋ ਤੁਹਾਡਾ Facebook ਅਕਾਊਂਟ ਹੈਕ ਹੋਣ ਤੋਂ ਬਚ ਸਕੇ ਅਤੇ ਉਸ ਤੋਂ ਕੋਈ ਵੀ ਗੈਰ ਕਾਨੂੰਨੀ ਪੋਸਟ ਸ਼ੇਅਰ ਨਾ ਕੀਤੀ ਜਾ ਸਕੇ। ਦੋਸਤੋ, ਅਗਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਔਰ ਹਰ ਤਰ੍ਹਾਂ ਦੀ ਜਾਣਕਾਰੀ ਲਈ ਸਾਡਾ YouTube ਚੈਨਲ ਪੰਜਾਬ GK ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।